ਜਿਹੜੀਆਂ ਸਾਡੀਆਂ ਦੁਕਾਨਾਂ ਇਸ ਵੇਲੇ ਮੈਨੂੰ ਬੜਾ ਗੁੱਸਾ ਆਇਆ ਦੇਖ ਕੇ, ਬਹੁਤ ਗੁੱਸਾ ਆਇਆ ਦੇਖ ਕੇ ਕਿ ਕੋਈ ਅੰਤ ਨਹੀਂ ਛੱਡਿਆ, ਕੋਈ ਸ਼ਰਮ ਹੀ ਤੁਹਾਨੂੰ ਹੈ ਨਹੀਂ ਵੀ ਤੁਸੀਂ ਇੰਨੀਆਂ ਪ੍ਰਾਈਸਾਂ ਵਧਾ ਦਿੱਤੀਆਂ ਅਤੇ ਮਗਰੋਂ ਤੁਸੀਂ ਮੂੰਹ ਕਿੱਦਾਂ ਦਿਖਾਲੋਗੇ ਜੇ ਤੁਸੀਂ ਗੋਦਾਂ 'ਚ ਮੱਥਾ ਟੇਕੋਗੇ ਵੀ ਮੱਥਾ ਤੁਸੀਂ ਕਿਹਨੂੰ ਟੇਕਦੇ। ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ, ਜਿਹੜੀ ਪ੍ਰਾਈਸ ਆ ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਬਣਾ ਦਿੱਤਾ ਸਾਡੀ ਕੌਮ ਦਾ, ਆਪਣੀ ਆਪਣੀ ਪੰਜਾਬੀਆਂ ਦਾ। ਸ਼ਰਮ ਕਰੋ, ਥੋੜ੍ਹੀ ਸ਼ਰਮ ਕਰੋ, ਬਸ ਥੋੜ੍ਹੀ ਸ਼ਰਮ ਕਰੋ ਜਦੋਂ ਤੁਸੀਂ ਪੈਸੇ ਵਧਾਉਣੇ ਆ। ਜਿਹੜਾ ਬਿਲਕੁਲ ਹੀ ਲੋਕਾਂ ਦੀ ਛੇਲਰ ਆ ਰਿਹਾ ਉਹਦੀ ਫੋਟੋ ਲਾ ਲਾ ਕੇ, ਸਟੋਰਾਂ ਦੀ ਫੋਟੋ ਲਾਵੋ ਅਤੇ ਮਗਰੋਂ ਜਦੋਂ ਟਾਈਮ ਚੰਗਾ ਆ ਜਾਣਾ ਮੁੜ ਕੇ ਫਿਰ ਇਹਨਾਂ ਦੁਕਾਨਾਂ ਨੂੰ ਬੰਦ ਕਰੋ। ਖਾਲਸਾ ਏਡ ਵਾਲੇ ਰਵੀ ਸਿੰਘ ਜਿਨ੍ਹਾਂ ਨੂੰ ਤੁਸੀਂ ਕਦੇ ਇੰਨੇ ਗੁੱਸੇ 'ਚ ਨਹੀਂ ਵੇਖਿਆ ਹੋਣਾ, ਕਿਉਂਕਿ ਗੁੱਸਾ ਜਾਇਜ਼ ਹੈ। ਰਵੀ ਸਿੰਘ ਕਿਸੇ ਹੋਰ 'ਤੇ ਨਹੀਂ ਬਲਕਿ ਆਪਣਿਆਂ 'ਤੇ ਭੜਾਸ ਕਰਦੇ ਦਿਖਾਈ ਦਿੱਤੇ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿੱਖ ਦੁਕਾਨਦਾਰਾਂ ਨੇ ਆਮ ਲੋਕਾਂ ਦੀ ਛਿੱਲ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਮਾਰਕੀਟ ਪ੍ਰਾਈਸ ਨਾਲੋਂ 10 ਗੁਣਾ ਜ਼ਿਆਦਾ ਮੁੱਲ ਵਸੂਲਿਆ ਜਾ ਰਿਹਾ। ਆਓ ਸੁਣਾਉਂਦੇ ਹਾਂ ਰਵੀ ਸਿੰਘ ਦੀ ਪੂਰੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਬਸ ਮੇਰੇ ਪਹਿਲਾਂ ਟੈਸਟ ਕਰਨਾ, ਕਿਉਂਕਿ ਮਾੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਥੇ ਅੱਜ ਲਾਈਵ ਕਰਨ ਦੀ, ਵੀ ਲਾਈਵ ਆ ਰਿਹਾ ਕਿ ਜੇ ਤੁਹਾਨੂੰ ਸੁਣਦਾ ਤਾਂ ਤੁਸੀਂ ਮਰ ਜਾਏ ਇੱਥੇ ਟਾਈਪ ਕਰ ਦਿਉ। ਹਾਂਜੀ ਲੱਗ ਗਿਆ ਪਤਾ। ਅਤੇ ਅੱਜ ਉਹੀ ਆ ਗੱਲ ਕਰਨੀ ਆ ਜੋ, ਕਿਉਂਕਿ ਹੁਣ ਜਿਹੜੀ ਕੋਰੋਨਾ ਵਾਇਰਸ ਇੱਕ ਬਿਮਾਰੀ ਆ, ਤੁਹਾਨੂੰ ਪਤਾ ਕਿੰਨੀ ਜ਼ਹਿਰੀਲੀ ਬਿਮਾਰੀ ਆ, ਅਤੇ ਇੱਕ ਸਾਡੇ ਪੰਜਾਬੀ ਅਤੇ ਸਾਡੇ ਸਿੱਖ ਭਰਾ ਜਿਹੜੇ ਦੁਕਾਨਦਾਰ ਆ, ਇੱਕ ਉਹਨਾਂ ਨੂੰ ਬਿਮਾਰੀ ਲੱਗੀ ਹੋਆ, ਉਹ ਬਿਮਾਰੀ ਹੈਗੀ ਲਾਲਚ ਦੀ। ਇੱਕ ਪਾਸੇ ਅਸੀਂ ਦੁਨੀਆ 'ਤੇ ਜਾ ਕੇ ਰਿਫਿਊਜੀਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦੇ ਲੰਗਰ ਲਾ ਰਹੇ ਹਾਂ, ਦੂਜੇ ਪਾਸੇ ਤੁਸੀਂ ਜਿਹੜੇ ਦੁਕਾਨਦਾਰ ਹੈਗੇ ਲਾਲਚੀ ਜਿਹੜੇ ਨਿਕਲੇ ਆ, ਬਿਲਕੁਲ ਚੰਗੇ ਵੀ ਹੈਗੇ ਆ ਪਰ ਬਹੁਤ ਲਾਲਚੀ ਨਿਕਲੇ ਆ, ਬਿਲਕੁਲ ਕੁੱਤੇ ਦੀਆਂ ਪੂਛਾਂ ਕਹਿ ਲਓ, ਕਿਉਂਕਿ ਤੁਸੀਂ ਹੁਣ ਜਿਹੜੇ ਆਟੇ ਦੇ ਡਬਲ ਤੋਂ ਉੱਪਰ ਕਰ ਦਿੱਤਾ ਪ੍ਰਾਈਸਾਂ। ਮੈਂ ਦੇਖੀਆਂ ਕਿ ਇੱਥੇ ਦਵਾਈ ਬੱਚਿਆਂ ਦੀ ਦਵਾਈ ਆ, ਇਹਨੂੰ ਕੈਲਪੋ ਕਹਿੰਦੇ, ਆਪਣੇ ਦੁਕਾਨਦਾਰ ਨੇ ਪਤਾ ਨਹੀਂ 25 ਜਾਂ 20-25 ਪਾਉਂਡ ਦੀ ਇੱਕ ਨਿੱਕੀ ਜਿਹੀ ਬੋਤਲ ਆਈ ਹੈ ਦਵਾਈਆਂ ਬੱਚਿਆਂ ਦੀ, ਜਿਹੜੇ ਬੱਚਿਆਂ ਦੀ ਹੁੰਦੀ ਦਵਾਈ, ਜਿਹੜੀ ਬੱਚਿਆਂ ਦੀ ਜ਼ਰੂਰ ਹੁੰਦੀ ਪੇਨ ਖਿਲਰ ਕੈਲਪੋ। ਮੈਂ ਕਨੇਡਾ ਅਮਰੀਕਾ 'ਚ ਦੇਖਿਆ ਜਿੱਥੇ ਬਈ ਆਟੇ ਦਾ ਹੁਣ ਜਿਹੜਾ ਬਈ $8-9 ਦਾ, $10 ਦਾ, $20-30-$40 ਦਾ ਕਰ ਦਿੱਤਾ ਕਨੇਡਾ ਵੀ, ਤੁਸੀਂ ਪਤਾ ਨਹੀਂ ਕੋਈ ਅੰਤ ਨਹੀਂ ਗਾ। ਤੁਸੀਂ ਸੋਚੋ ਜਿਹੜਾ ਜਿਹੜੀ ਇੱਕ ਕੌਮ ਆ ਜਿਹੜੀ ਸਰਬੱਤਾ ਭਲਾ ਮੰਗਦੀ ਆ, ਚਲੋ ਤੁਸੀਂ ਕਹਿ ਲਓ ਬਈ 20% ਲਾ ਲਿਆ ਉੱਪਰ ਵਾਧੂ ਕਰਤਾ, 25% ਲਾ ਦਿੱਤਾ, ਚਲੋ ਠੀਕ ਆ, ਜੋ ਆਪਣਾ ਤੁਸੀਂ ਹੋਰ ਨਫ਼ਾ ਬਣਾਉਣਾ ਬਣਾ ਲਓ। ਜੇ ਤੁਹਾਨੂੰ ਪਿੱਛਿਓਂ ਪ੍ਰਾਈਸਾਂ ਨਹੀਂ ਇਨਕਰੀਸ ਹੋ ਰਹੀਆਂ, ਵੱਧ ਰਹੀਆਂ, ਤਾਂ ਤੁਸੀਂ ਜਾ ਕੇ ਦੁਕਾਨਾਂ ਦੇ ਵਿੱਚ ਉਹ ਪ੍ਰਾਈਸਾਂ ਨੂੰ ਤੁਸੀਂ ਇੱਦਾਂ ਤਹਿ ਲਾ ਦਿੱਤੀ ਆ ਸੰਗਤ ਦੀ ਲੋਕਾਂ ਦੀ, ਵੀ ਜਿਹੜੇ ਬਈ ਆਮ ਬੰਦੇ ਜਿਹੜੇ ਬਈ ਆਟਾ ਖਰੀਦਣ ਜਾਂਦੇ ਪਰਿਵਾਰਾਂ ਨਾਲ ਪਹਿਲਾਂ ਧੱਕੇ ਖਾਂਦੇ ਆ, ਫਿਰ ਤੁਸੀਂ ਜਾ ਕੇ ਉਹਨਾਂ ਦੀਆਂ ਪ੍ਰਾਈਸਾਂ ਉੱਪਰ ਕਰ ਦਿੱਤੀਆਂ। ਅਸੀਂ ਇਸ ਵੇਲੇ ਖਾਲਸਾ ਕਨੇਡਾ ਵਿੱਚ, ਅਮਰੀਕਾ ਵਿੱਚ, ਪੰਜਾਬ, ਇੰਡੀਆ ਵਿੱਚ, ਇੰਗਲੈਂਡ ਦੇ ਵਿੱਚ ਵੀ ਅਸੀਂ ਆਪ ਖਾਣਾ ਖਰੀਦ ਕੇ ਬੋਕਸਿਆਂ 'ਚ ਪਾ ਰਹੇ ਹਾਂ। ਇਕੱਲਾ ਬੋਕਸ ਜਿਹੜਾ ਵੀ ਵਿਚਾਰਾ ਇਸ ਵੇਲੇ ਬਜ਼ੁਰਗ ਆ, ਕਰੋਨਾ ਵਾਇਰਸ ਕਰਕੇ ਬਾਹਰ ਨਹੀਂ ਜਾ ਸਕਦੇ, ਜਿਹੜਾ ਕੋਈ ਵਿਚਾਰਾ ਬਿਮਾਰ ਆ ਉਹਨੂੰ ਮੈਂਟਲ ਹੈਲਥ ਆ, ਅਸੀਂ ਉਹਨੂੰ ਦੇ ਰਹੇ ਹਾਂ ਫਰੀ ਆਫ ਚਾਰਜ। ਅਸੀਂ ਕੀ ਕਰ, ਸਾਡੇ ਦੁਕਾਨਦਾਰ ਕੀ ਕਰ ਰਹੇ ਹੋ, ਬਿਲਕੁਲ ਸਤਿਆਨਾਸ। ਅਸੀਂ ਪਿਛਲੇ 3-4 ਮਹੀਨੇ ਵਿੱਚ ਇਰਾਕ ਦੇ ਵਿੱਚ ਜਿਹੜੇ ਵੀ ਰਿਫਿਊਜੀ ਆਏ ਸੀਗੇ, $1.5 ਲੱਖ ਦਾ ਚੌਲ ਖਰੀਦ ਕੇ ਵੰਡੇ ਬੰਨੇ, 1 ਲੱਖ ਤੋਂ 115 ਟਨਸ। ਅਤੇ ਦੂਜੇ ਪਾਸੇ ਅਸੀਂ ਹੁਣ ਮੈਂ ਦੇਖਦਾ ਵੀ ਬੜਾ ਵੀ ਦਿਲ ਦੁਖਦਾ ਵੀ ਸਾਡੇ ਦੁਕਾਨਦਾਰਾਂ ਨੇ, ਪਹਿਲਾਂ ਇੱਕ ਹੁੰਦੀ ਸੀਗੀ ਇੱਥੇ ਇੱਕ ਦੁਕਾਨ ਹੈਗੀ ਆ ਇੱਥੇ ਇੰਗਲੈਂਡ 'ਚ, ਉਹਦਾ ਨਾਂ ਕਿਸੇ ਆਪਣੇ ਸਿੰਘ ਕਰ ਰਿਹਾ, ਲੌਂਡਿਸ ਆ ਕੋਈ ਉਹਦਾ, ਪਤਾ ਨਹੀਂ ਕਿਹੜਾ ਚੇਤਾ ਭੁੱਲ ਗਿਆ ਨਾਂ, ਉਹ ਉਹਨੇ ਨੋਟਿਸ ਲਾਇਆ ਆ, ਅਸੀਂ ਸਿੱਖ ਹਾਂ, ਅਸੀਂ ਪੰਜਾਬੀ ਹਾਂ, ਅਸੀਂ ਪ੍ਰਾਈਸ ਨਹੀਂ ਵਧਾ ਰਹੇ, ਜਿਹੜਾ ਕੋਈ ਬਜ਼ੁਰਗ ਆ, ਜਿਹੜਾ ਕੋਈ ਬਿਮਾਰ ਆ ਸਾਡੇ ਕਮਿਊਨਿਟੀ ਵਿੱਚ, ਸਾਨੂੰ ਮਿਲੋ ਆ ਕੇ, ਅਤੇ ਅਸੀਂ ਉਹ ਤੁਹਾਡੇ ਘਰ ਵੀ ਛੱਡ ਕੇ ਆਵਾਂਗੇ ਸਾਰਾ ਕੁਛ, ਅਤੇ ਪ੍ਰਾਈਸ ਵੀ ਨਹੀਂ ਅਸੀਂ ਵਧਾਉਣੀ। ਅੱਜ ਥਾਂ ਥਾਂ ਦੇਖਦੇ ਹਾਂ ਵੀ ਕਿੰਨਾ ਲਾਲਚ, ਹਾਲ ਤੱਕ ਬਿਮਾਰੀ ਇੰਗਲੈਂਡ ਦੇ ਵਿੱਚ, ਅਮਰੀਕਾ ਵਿੱਚ, ਕਨੇਡਾ ਵਿੱਚ ਤਾਂ ਕਹਿ ਲਓ ਸ਼ੁਰੂ ਹੋਈ ਆ,
ਇਟਲੀ ਵਿੱਚ ਤਾਂ ਬਹੁਤ ਬੁਰਾ ਹਾਲ, ਇਟਲੀ ਵਿੱਚ ਤਾਂ ਦੇਖੋ ਹੁਣ ਮੇਰੇ ਖਿਆਲ ਜਿੰਨੇ ਬੰਦੇ ਕਰੋਨਾ ਵਾਇਰਸ ਕਰਕੇ ਇਟਲੀ 'ਚ ਮਰ ਗਏ ਆ ਉਹਨੇ ਚੀਨ 'ਚ ਵੀ ਨਹੀਂ ਮਰੇ। ਪਰ ਤੁਸੀਂ ਜਿਹੜੇ ਦੁਕਾਨਦਾਰ ਆ ਜਿਹੜੇ ਪਏ ਇਸ ਵੇਲੇ ਜਿਹੜੇ ਪਈ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਹੁਣ ਡਰ ਆ ਮੇਰਾ ਕੰਮ ਨਾ ਗੌਸ਼ ਹੋ ਜਾਵੇ, ਅੱਜ ਕੋਈ ਜੋਬ ਕਿਸੇ ਦੀ ਕੋਈ ਜੋਬ ਵੀ ਜਾ ਸਕਦੀ, ਕਿੰਨੀਆਂ ਜੋਬਾਂ ਜਾਊਗੀਆਂ। ਕਈ ਗਰੀਬ ਵੀ ਆ, ਕਈ ਬੰਦੇ ਆਪਣੇ ਗਰੀਬੀ ਇੰਨੀ ਗਰੀਬੀ ਆ ਉਹ ਆਪਣੇ ਘਰ ਦੇ ਵਿੱਚ ਅਸੀਂ ਕਹਿੰਦੇ ਜਾ ਕੇ ਚਲੋ ਦੋ ਬੈਗ ਲੈ ਆਓ ਜਾਂ ਕੋਈ ਵਾਧੂ ਖਾਣਾ ਲੈ ਆਓ, ਵਾਧੂ ਖਾਣਾ ਨਹੀਂ ਲਿਆ ਸਕਦੇ, ਉਹ ਜਿੰਨਾ ਪੈਸਾ ਦਾ ਜੇਬ 'ਚ ਉਹਨਾਂ ਵਿਚਾਰਾ ਲਿਆ ਸਕਦੇ ਆ। ਤਾਂ ਜਦੋਂ ਤੁਹਾਡੇ ਵਰਗੇ ਹੋ ਜਾਂਦੇ ਜਿਹੜੇ ਵੀ ਲਾਲਚੀ ਪੰਜਾਬੀ ਸਿੱਖ ਦੁਕਾਨਦਾਰ ਜਿਨ੍ਹਾਂ ਨੇ ਆਟੇ ਦੀਆਂ ਪ੍ਰਾਈਸਾਂ ਡਬਲ ਤੋਂ ਤਿਗਣੀਆਂ ਚੌਗਣੀਆਂ ਕਰ ਦਿੱਤੀਆਂ, ਜਿਹਨਾਂ ਨੇ ਦਵਾਈਆਂ ਡਬਲ ਤੋਂ ਵੀ ਉੱਪਰ ਕਰ ਦਿੱਤੀਆਂ, ਜਿਨ੍ਹਾਂ ਨੇ ਸਬਜ਼ੀਆਂ ਆਮ ਖਾਣਾ ਪੀਣਾ ਇੰਨਾ ਮਹਿੰਗਾ ਕਰ ਦਿੱਤਾ, ਉਹ ਪੈਸੇ ਤੁਹਾਨੂੰ ਕਿੱਦਾਂ ਪਹੁੰਚੂਗੇ? ਮੈਂ ਸਮਝਦਾ ਜੇ ਪਿੱਛਿਓਂ ਤੁਹਾਡੀਆਂ ਪ੍ਰਾਈਸਾਂ ਵਧਣ, ਉਹ ਪੈਸੇ ਤੁਹਾਡੇ ਕਿੱਦਾਂ ਪਹੁੰਚੂਗੇ? ਦੱਸੋ ਤੁਸੀਂ ਕਿੱਥੇ ਲੈ ਕੇ ਜਾਓਗੇ ਇੰਨਾ ਪੈਸਾ? ਹੁਣ ਮੈਨੂੰ ਕੋਈ ਦੱਸਦਾ ਸੀਗਾ ਇੱਕ ਦੁਕਾਨਦਾਰ ਦੀ ਸੇਲ ਹੁੰਦੀ ਸੀ 300-400 ਪਾਉਂਡ ਹੁੰਦੀ ਸੀ, ਹੁਣ 1000 ਤੋਂ ਹੋ ਗਈ ਆ। ਮੈਂ ਕਿਹਾ ਉਹਦੇ 1,00,000 ਵੀ ਹੋ ਜਾਊਗੀ ਨਾ, ਉਹਲੇ ਉਹ ਵੀ ਘੱਟ ਆ, ਕਿਉਂਕਿ ਲਿਹੜ ਲਾਲਚ ਹੁੰਦਾ, ਲਾਲਚ ਤੁਹਾਨੂੰ ਪਛਦਾ ਨਹੀਂ ਗਾ। ਬੰਦਾ ਲਾਲਚੀ ਕਦੀ ਖੁਸ਼ ਨਹੀਂ ਰਹਿੰਦਾ। ਉਹੀ ਗੱਲ 'ਚ ਬਣ ਜਾਂਦੀ ਜਦੋਂ ਵੀ ਕੁੱਤਾ ਆਪਣੀ ਪੂਛ ਕੋਸ਼ ਕਰਦਾ ਫੜਨ ਦੀ, ਨਾ ਫੜਨੀ ਹੁੰਦੀ, ਘੁੰਮੀ ਜਾਣਾ, ਉਹ ਜ਼ਿੰਦਗੀ ਬਣ ਜਾਂਦੀ ਆ। ਤੁਸੀਂ ਵੀ ਆਪਣਾ ਮਰਜ਼ਾ ਦੇਖੋ ਖਾਲਸਾ ਏਡ ਹੋਰ ਵੀ ਜਥੇਬੰਦੀਆਂ ਸਿੱਖਾਂ ਦੀਆਂ ਦੁਨੀਆਂ 'ਚ ਕੀ ਨਾਂ ਆ, ਨਾਂ ਕਿੱਦਾਂ ਕਮਾਇਆ ਸਿੱਖਾਂ ਲਈ, ਆਪਣੇ ਲਈ, ਸਿੱਖਾਂ ਲਈ ਸੇਵਾ ਕਰਕੇ, ਲੰਗਰ ਚੱਲਦੇ ਦੁਨੀਆਂ ਦੇ ਵਿੱਚ ਸੇਵਾ ਕਰਕੇ, ਥਾਂ ਥਾਂ ਲੰਗਰ ਚੱਲਦੀ ਸੇਵਾ ਕਰਕੇ। ਤੁਸੀਂ ਤਾਂ ਆਪਣੀਆਂ ਪ੍ਰਾਈਸਾਂ ਵੀ ਨੋਰਮਲ ਰੱਖ ਸਕਦੇ, ਜਿਹੜਾ ਤੁਹਾਡਾ ਨਫ਼ਾ ਪਹਿਲਾਂ ਹੀ ਆ ਤੁਹਾਨੂੰ ਉਹ ਵੀ ਨਹੀਂ ਪਚਦਾ, ਉਹ ਤੋਂ ਵੀ ਤੁਸੀਂ ਹੁਣ ਉਹ ਤੋਂ ਵੀ ਲਾਲਚ ਦਾ ਵੀ ਅੰਤ ਹੀ ਹੈ ਨਹੀਂ ਤੁਹਾਡਾ ਕੋਈ। ਜਿੱਥੇ ਵੀ ਆਪਣੇ ਪੰਜਾਬੀ ਸਿੱਖਾਂ ਨੇ ਦੁੱਗਣੀ ਤਿਗਣੀ ਪ੍ਰਾਈਸ ਕੀਤੀ ਆਟੇ ਦੀ, ਦਾਲਾਂ ਦੀ, ਸਬਜ਼ੀਆਂ ਦੀ, ਉਹ ਜਾ ਕੇ ਫੋਟੋ ਖਿੱਚੋ, ਉਹ ਲਾਓ, ਜਾਂ ਪਹਿਲਾਂ ਪੁੱਛੋ ਜਾ ਕੇ ਵੀਡੀਓ ਜਾ ਕੇ ਉਹਨੂੰ ਪੁੱਛੋ ਕੈਮਰਾ ਕੇ, ਵੀ ਦੇਖੋ ਤੁਸੀਂ ਅੰਕਲ ਜੀ ਆਂਟੀ ਜੀ ਆਟਾ ਤੁਸੀਂ ਪਹਿਲਾਂ ਲਾਇਆ ਸੀ $10 ਦਾ ਅਤੇ ਹੁਣ ਤੁਸੀਂ 20-25-30 ਦਾ ਲਾਤਾ, 40 ਦਾ ਲਾਤਾ, ਦੱਸੋ ਤੁਹਾਨੂੰ ਆਪਣੀ ਇਨਵੋਇਸ ਦਿਖਾ ਲਓ, ਤੁਹਾਡੀ ਪ੍ਰਾਈਸ ਵੱਧ ਗਈ ਆ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਨਹੀਂ ਕਹਿੰਦੇ ਜਾ ਕੇ ਫ੍ਰੀ ਦੇਵੋ ਭਾਈ ਤੁਹਾਡਾ ਸੱਤਿਆਨਾਸ਼ ਹੋਵੇ, ਤੁਹਾਡਾ ਬਿਜ਼ਨਸ ਘੱਟ ਹੋਵੇ, ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ। ਜਿਹੜੀ ਪ੍ਰਾਈਸ ਆ ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਵੀ ਬਣਾ ਦਿੱਤਾ, ਸਾਡੀ ਕੌਮ ਦਾ, ਆਪਣੀ ਪੰਜਾਬੀਆਂ ਦਾ ਹੀ, ਜਿਹੜੇ ਪੰਜਾਬੀ ਦਿਲ ਵੱਡੇ, ਘਰ ਖੁੱਲ੍ਹੇ, ਲੰਗਰ ਚੱਲਦੇ ਅੱਜ ਸਾਡੀਆਂ ਦੁਕਾਨਾਂ ਦੇ ਵਿੱਚ। ਮੈਂ ਫਿਰ ਕਹਿਣਾ ਚਾਹੁੰਦਾ ਕਈ ਦੁਕਾਨਾਂ ਹੈਗੀਆਂ, ਉਹ ਦੁਕਾਨਾਂ ਬਹੁਤ ਵਧੀਆ, ਪ੍ਰਾਈਸ ਨਹੀਂ ਵਧਾਈ ਉਹਨਾਂ ਨੇ, ਪਰ ਕਈ ਦੁਕਾਨਾਂ ਇੰਨਾ ਲਾਲਚ ਆ। ਮੈਨੂੰ ਇੰਨੇ ਮੈਸੇਜ ਆ ਰਹੇ ਆ ਕਨੇਡਾ, ਅਮਰੀਕਾ ਤੋਂ, ਇੰਗਲੈਂਡ ਤੋਂ, ਵੀ ਦੇਖੋ ਰਵੀ ਭਾਅ ਜੀ ਦੇਖੋ ਇੰਨਾ ਆਟਾ ਕਰ ਦਿੱਤਾ, ਅਸੀਂ ਕੀ ਕਰੀਏ, ਸਾਨੂੰ ਮਿਲਦਾ ਨੀਗਾ। ਜੇ ਕੋਈ ਤੁਹਾਡੀ ਜ਼ਿਆਦਾ ਗਰੀਬੀ ਆ, ਤੁਸੀਂ ਇੰਗਲੈਂਡ ਦੇ ਵਿੱਚ ਆ, ਅਮਰੀਕਾ ਵਿੱਚ ਆ, ਕਨੇਡਾ ਵਿੱਚ ਆ, ਪਰ ਜਿਹੜੇ ਕੋਈ ਪੈਸੇ ਵਾਲੇ ਫਾਇਦਾ ਨਹੀਂ ਉਠਾ ਸਕਦੇ, ਕੋਈ ਜ਼ਿਆਦਾ ਗਰੀਬੀ ਸਾਨੂੰ ਕੋਂਟੈਕਟ ਕਰੋ, ਜਿਹੜੇ ਜ਼ਿਆਦਾ ਗਰੀਬ ਆ। ਸਾਡੇ ਉਹ ਵੀ ਬੰਦੇ ਹੈਗੇ ਅਮੀਰ ਆ ਜਿਹੜੇ ਸਾਨੂੰ ਕਹਿੰਦੇ ਵੀ ਸਾਨੂੰ ਦੇਵੋ, ਤੁਹਾਡੇ ਘਰ ਆ ਕੇ ਚੈੱਕ ਕਰਾਂਗੇ, ਕੋਈ ਭੁੱਖਾ ਨਹੀਂ ਮਰੂਗਾ, ਅਸੀਂ ਆਪ ਜੋ ਮਰਜ਼ੀ ਸਾਨੂੰ ਹੋ ਜਾਵੇ ਕੋਈ ਭੁੱਖਾ ਨਹੀਂ ਮਰੂਗਾ। ਪਰ ਸਾਡੀ ਕੌਮ ਅੱਜ ਇੰਨੀ ਤਕੜੀ ਕੌਮ, ਬਸ ਇੱਕ ਬਿਮਾਰੀ ਆ ਗਈ, ਸਾਡੇ ਗੁਰੂਆਂ ਨੇ ਜਾ ਕੇ ਬਿਮਾਰੀ ਜਿੱਥੇ ਫੈਲੀ ਜਾ ਕੇ ਸੇਵਾ ਕੀਤੀ, ਸਾਡੇ ਗੁਰੂਆਂ ਜਾ ਕੇ ਜੰਗ ਲੜੇ, ਸਾਡੇ ਗੁਰੂਆਂ ਨੇ ਕੁਛ ਨਹੀਂ ਰੱਖਿਆ ਜੇਬ ਦੇ ਵਿੱਚ। ਅਸੀਂ ਕਹਿੰਦੇ ਤੁਸੀਂ ਆਪਣਾ ਨਫ਼ਾ ਰੱਖ ਲਓ, ਆਪਣਾ ਪ੍ਰੋਫਿਟ ਰੱਖ ਲਓ, ਤੁਸੀਂ ਹੋਰ ਕਾਹਦੇ ਘੜੀ ਘੜੀ ਵਧਾਈ ਜਾਂਦੇ ਆ। ਹੁਣ ਜਿਹੜੇ ਪੇ ਹੱਥ ਧੋਣ ਵਾਲੇ ਹੁੰਦੇ, ਜਿਹੜੇ ਹੈਂਡ ਸੈਨੇਟਾਈਜ਼ਰ, UK, ਇੰਗਲੈਂਡ, ਅਮਰੀਕਾ ਵਿੱਚ ਸਾਡੇ ਬੰਦਿਆਂ ਨੇ ਜਿਹੜੇ ਭਾਈ 2-3 ਪਾਉਣ ਦੀ ਚੀਜ਼ ਹੁੰਦੀ ਆ, 25-25-30-30 ਪਾਉਣ ਦੀ ਲਈ ਉਹ ਆ, ਵੀ ਛੇਤੀ ਨਫ਼ਾ ਬਣਾ ਲਈਏ। ਅਤੇ ਲੋਕ ਡਰਦੇ ਆ, ਲੋਕ ਵਿਚਾਰੇ ਇਸ ਵੇਲੇ ਬਹੁਤ ਗੰਭੀਰਤਾ ਵਿੱਚ ਆ, ਬਹੁਤ ਹੀ ਦੁੱਖ ਆ ਉਹਨਾਂ ਨੂੰ, ਭਾਈ ਬਹੁਤ ਡਰਦੇ ਆ, ਉਹਨੀ 25 ਲੋਕ ਦਿੰਦੇ ਵੀ ਆ। ਸਾਡੇ ਵਰਗੇ ਜਿਹੜੇ ਪਰਿਵਾਰ ਆ, ਸਾਡੇ ਬਜ਼ੁਰਗ ਆ, ਸਾਡੀ ਮਾਂ ਬਜ਼ੁਰਗ ਆ, ਸਾਡੇ ਬੱਚੇ ਵੀ ਬਿਮਾਰ ਹੋ ਸਕਦੇ ਫੈਮਿਲੀ ਵਿੱਚ, ਉਹ ਦੇ ਰਹੇ ਆ ਕਿਉਂਕਿ ਉਹ ਡਰਦੇ ਆ ਵਿਚਾਰੇ ਵੀ ਸਾਨੂੰ ਕੁਛ ਨਾ ਹੋ ਜਾਵੇ। ਜੇ ਤੁਸੀਂ ਲੰਗਰ ਨਹੀਂ ਚਲਾ ਸਕੇ
ਤੁਸੀਂ ਸੇਵਾ ਵੀ ਨਹੀਂ ਕਰ ਸਕੇ, ਤੁਸੀਂ ਆਪਣੀ ਜਿਹੜੀ ਬਿਜ਼ਨਸ ਕਰੋ, ਤਾਂ ਜਿਹੜੀ ਬਿਜ਼ਨਸ 'ਚ ਤੁਸੀਂ ਅੱਜ ਤੁਰੇ ਹੋ, ਸੱਚਾ ਸੌਦਾ ਦੇਖੋ, ਆਪਣੀ ਕੌਮ ਦਾ ਦੇਖੋ। ਜਿੱਥੇ ਸਾਡੇ ਸਿੱਖਾਂ ਦੀਆਂ ਸੰਸਥਾ ਥਾਂ ਥਾਂ ਜਾ ਕੇ ਇਸ ਵੇਲੇ ਲੰਗਰ ਲੈ ਕੇ ਤੁਰੇ ਹੋ, ਆ ਸਾਡੀ ਇੰਡੀਆ ਦੀ ਟੀਮ ਹੋਵੇ, ਪੰਜਾਬ ਦੀ ਟੀਮ ਹੋਵੇ, ਅਸੀਂ ਇੱਥੋਂ UK ਵਿੱਚੋਂ ਗਰੀਬਾਂ ਨੂੰ ਫਰੀ ਖਾਣਾ ਲਿਆ ਕੇ ਖਰੀਦ ਕੇ ਅਸੀਂ ਫਰੀ ਲੰਗਰ ਦਿੰਦੇ। ਆਹ ਲਓ ਜੀ, ਗੋਰੇ ਹੋਣ, ਚਿੱਟੇ ਹੋਣ, ਜੇ ਮਰਜ਼ੀ ਹੋਣ, ਈਸਾਈ ਹੋਣ, ਕਿਉਂਕਿ ਇਸ ਵੇਲੇ ਜਿਹੜੇ 2-3 ਮਹੀਨੇ ਲੰਘਣੇ ਆ ਬਹੁਤ ਔਖੇ ਲੰਘਣੇ ਆ। ਜਿਹੜੇ ਇਟਲੀ ਸਿੱਖ ਰਹਿੰਦੇ ਤੁਹਾਨੂੰ ਦੱਸ ਦੂਗਾ ਕਿੰਨਾ ਔਖਾ ਆ। ਪੰਜਾਬ ਦੇ ਇੰਡੀਆ 'ਚ ਇੰਨੀ ਫੈਲੀ ਨਹੀਂ ਹਾਲੇ ਤੱਕ ਬਿਮਾਰੀ ਜਿੰਨੀ ਫੈਲ ਸਕਦੀ ਆ, ਫਿਰ ਤੁਸੀਂ ਕੀ ਕਰੋਗੇ? ਹਰ ਇੱਕ ਦੁਕਾਨ ਦਾ ਜਿਹੜਾ ਇੰਨੀ ਛਿੱਲ ਲਾਉਂਦਾ ਆ ਆਪਣੀ ਸੰਗਤ ਦੀ ਅਤੇ ਲੋਕਾਂ ਦੀ, ਉਹਨੂੰ ਸਵਾਲ ਪੁੱਛੋ। ਜਦੋਂ ਟਾਈਮ ਆ ਗਿਆ, ਜਦੋਂ ਇਹ ਵਾਇਰਸ ਪਿੱਛੇ ਹਟ ਗਈ, ਜਦੋਂ ਬਿਮਾਰੀ ਹਟ ਗਈ, ਦੋ ਤਿੰਨ ਮਹੀਨੇ ਦੀ ਗੱਲ ਆ, 4 ਮਹੀਨੇ ਕਹਿ ਲਓ, 5 ਮਹੀਨੇ, ਇਹ ਦੁਕਾਨਾਂ ਨੂੰ ਤੁਸੀਂ ਬੋਇਕਾਟ ਕਰੋ, ਮੁੜ ਕੇ ਨਾ ਜਾਓ ਦੁਕਾਨਾਂ 'ਤੇ ਜਿਹੜੀ ਇਸ ਵੇਲੇ ਸਾਨੂੰ ਜਿੱਥੇ ਲੋੜ ਆ ਛਿੱਲ ਆ ਰਹੀ ਆ। ਉਹ ਦੁਕਾਨਾਂ ਨੂੰ ਤੁਸੀਂ ਦੂਰ ਰਹੋ, ਦੁਕਾਨਾਂ ਤੋਂ ਤੁਸੀਂ ਮੁੜ ਕੇ ਜਾਣਾ ਦੁਕਾਨਾਂ, ਦੁਕਾਨਾਂ ਬੰਦ ਹੀ ਹੋ ਜਾਣਾ ਚੰਗਾ ਹੋਜੂਗਾ, ਕਿਉਂਕਿ ਇੱਕ ਪਾਸੇ ਲੁੱਟਮਾਰ, ਦੂਜੇ ਪਾਸੇ ਸਾਡੀ ਬੇਇੱਜ਼ਤੀ। ਇੱਕ ਪਾਸੇ ਮੈਂ ਤੁਹਾਨੂੰ ਜਿੱਦਾਂ ਕਿਹਾ, ਇੱਕ ਪਾਸੇ ਲੰਗਰ ਛਕਾਉਂਦੀ ਦੁਨੀਆ ਨੂੰ ਜਾ ਕੇ ਸਾਰੀ ਦੁਨੀਆ ਵਿੱਚ, ਅਤੇ ਦੂਜੇ ਜਾ ਕੇ ਤੁਸੀਂ ਜਦ ਵੀ ਪ੍ਰਾਈਸ ਤਾਂ ਇੰਨੀਆਂ ਵਧਾਈ ਜਾਂਦੇ ਆ ਵੀ ਆਮ ਬੰਦਾ ਕੋਈ ਇੱਥੇ ਪੈਸੇ ਆਟਾ ਊਟਾ ਡਰਦਾ ਖਰੀਦ ਨਹੀਂ ਸਕਦੇ। ਸੋ ਜਿਹੜੀਆਂ ਸਬਜ਼ੀਆਂ ਦਾਲਾਂ ਜਿਹੜੇ ਭਾਈ ਲੰਗਰ 'ਚ ਰੋਜ਼ ਚੱਲਦੀਆਂ, ਹੁਣ ਲੰਗਰ ਵੀ ਬੰਦ ਹੋ ਗਿਆ ਕਿਉਂਕਿ ਗੌਰਮੈਂਟ ਦੇ ਔਡਰ ਆ ਗਏ ਥਾਂ ਥਾਂ 'ਤੇ ਭਾਈ ਥੋੜ੍ਹੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਤੁਸੀਂ ਆਪਣੇ ਸੇਵਾ ਕਰ ਸਕਦੇ, ਜੇ ਆਪਣੇ ਤੁਹਾਡੇ ਕਮਿਊਨਿਟੀ ਵਿੱਚ, ਮੇਰਾ ਇਹੀ ਚੈਲੰਜ ਆ, ਤੁਸੀਂ ਅਮਰੀਕਾ, ਕਨੇਡਾ, UK ਜਿੱਥੇ ਸਾਡੀ ਟੀਮ ਆ, ਇੰਡੀਆ, ਕੋਈ ਵੀ ਗਰੀਬ ਆ ਉਹਨੂੰ ਰੋਟੀ ਨਹੀਂ ਮਿਲ ਰਹੀ, ਤੁਹਾਨੂੰ ਪੁੱਛੋ ਵੀ ਆਹ ਗਰੀਬ ਸਾਡਾ, ਸਾਡੀ ਗਲੀ ਦਾ ਗਰੀਬ ਆ, ਇਹ ਟਾਈਮ ਆ ਗਿਆ ਤੁਹਾਡੇ ਵੰਡ ਕੇ ਛਕਣ ਦਾ। ਹੁਣ ਇੱਕ ਬਿਮਾਰੀ ਜਿਹੜੀ 2-3-4 ਮਹੀਨੇ ਨੂੰ ਇਫੈਕਟ ਕਰੂਗੀ, ਅਸੀਂ 3-4 ਮਹੀਨੇ ਆਪਣੀ ਜ਼ਿੰਦਗੀ ਵਿੱਚ ਕੱਢ ਨਹੀਂ ਸਕਦੇ ਭਾਈ। ਅਸੀਂ ਆਪਣੇ ਇਲਾਕੇ ਦੇ ਗਰੀਬਾਂ ਨੂੰ, ਆਪਣੇ ਗਲੀ ਦੇ ਗਰੀਬਾਂ ਨੂੰ, ਆਪਣੇ ਪਿੰਡ ਦੇ ਗਰੀਬਾਂ ਨੂੰ ਨਾਲ ਰੱਖੀਏ, ਆਪਣੇ ਨਾਲ ਲਾਈਏ, ਤੁਸੀਂ ਇਕੱਲੇ ਨਹੀਂ ਗਏ। ਜੇ ਇੱਕ ਪਰਿਵਾਰ ਤੁਹਾਡੀ ਗਲੀ 'ਚ 4-5 ਬੱਚੇ ਆ, ਉਹ ਵਿਚਾਰਾ ਮਜ਼ਦੂਰ ਆ, ਹੁਣ ਸਾਰਾ ਕੰਮ ਬੰਦ ਹੋ ਗਿਆ, ਉਹਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਨੀਗਾ, ਤੁਸੀਂ ਉਹਦੇ ਕੋਲ ਜਾਵੋ ਭਾਈ, ਦੱਸੋ ਤੁਹਾਨੂੰ ਕੀ ਲੋੜ ਆ। ਜੇ ਤੁਸੀਂ ਨਹੀਂ ਕਰ ਸਕਦੇ ਉਹ ਖਾਣ ਪੀਣ ਦੀ ਲੋੜ, ਫਿਰ ਖਾਲਸਾ ਨੂੰ ਮੈਸੇਜ ਕਰੋ, ਸਾਡੇ ਪਰਿਵਾਰ ਆ ਗਲੀ ਦੇ ਵਿੱਚ, ਬਹੁਤ ਬੁਰਾ ਹਾਲ ਆ, ਬੱਚੇ ਆ, ਯੰਗ ਆ, ਬਜ਼ੁਰਗ ਆ, ਰੋਟੀ ਦੀ ਮਾੜੀ ਡਿਫੀਕਲਟ ਆ ਗਈ ਆ ਕਿਉਂਕਿ ਕੰਮ ਹੈ ਨੀਗਾ, ਅਸੀਂ ਜਾ ਕੇ ਜੋ ਮਰਜ਼ੀ ਹੋ ਜਾਵੇ ਕਿਉਂਕਿ ਸੰਗਤ ਸਾਡੇ ਨਾਲ ਆ, ਅਸੀਂ ਜਾ ਕੇ ਲੰਗਰ ਫੜਾਵਾਂਗੇ ਜਿੰਨੀ ਮਰਜ਼ੀ ਬਿਮਾਰੀ ਹੋਵੇ। ਪਰ ਜਿਹੜੀਆਂ ਸਾਡੀਆਂ ਦੁਕਾਨਾਂ, ਇਸ ਵੇਲੇ ਮੈਨੂੰ ਬੜਾ ਗੁੱਸਾ ਆਇਆ ਦੇਖ ਕੇ, ਬਹੁਤ ਗੁੱਸਾ ਆਇਆ ਦੇਖ ਕੇ ਭਾਈ, ਕੋਈ ਅੰਤ ਨਹੀਂ ਛੱਡਿਆ, ਕੋਈ ਸ਼ਰਮ ਹੀ ਤੁਹਾਨੂੰ ਹੈ ਨਹੀਂ ਭਾਈ, ਤੁਸੀਂ ਇੰਨੀਆਂ ਪ੍ਰਾਈਸਾਂ ਵਧਾ ਦਿੱਤੀਆਂ ਅਤੇ ਮਗਰੋਂ ਤੁਸੀਂ ਮੂੰਹ ਕਿੱਦਾਂ ਦਿਖਾਲੋਗੇ? ਜਦੋਂ ਤੁਸੀਂ ਗੁਰਦੁਆਰੇ 'ਚ ਮੱਥਾ ਟੇਕੋਗੇ ਤਾਂ ਮੱਥਾ ਤੁਸੀਂ ਕਿਹਨੂੰ ਟੇਕਦੇ ਆ? ਤੁਸੀਂ ਮੱਥਾ ਕਿਹਨੂੰ? ਗੋਲਕ ਨੂੰ ਟੇਕਦੇ ਆ, ਗੁਰੂ ਨੂੰ ਟੇਕਦੇ ਆ, ਆਪਣੇ ਬਟੀਓ ਨੂੰ ਟੇਕਦੇ ਆ? ਸ਼ਰਮ ਕਰੋ, ਥੋੜ੍ਹੀ ਸ਼ਰਮ ਕਰੋ, ਬਸ ਥੋੜ੍ਹੀ ਸ਼ਰਮ ਕਰੋ ਜਦੋਂ ਤੁਸੀਂ ਪੈਸੇ ਵਧਾਉਣੇ ਆ। ਜਿਹੜਾ ਭਾਈ $10 ਦਾ, 10 ਪਾਉਣ ਦਾ ਚਲੋ 12 ਦਾ ਹੋ ਗਿਆ, 13 ਦਾ ਹੋ ਗਿਆ, ਚਲੋ 20-30% ਹੋ ਗਿਆ, ਆਪਣਾ ਕੱਢ ਲਓ ਮੜ ਜਾ। ਪਰ ਜੇ ਤੁਸੀਂ ਇੰਨੀ ਤੁਸੀਂ ਪ੍ਰਾਈਸ ਵਧਾਉਣੀ ਆ ਵੀ ਲੋਕਾਂ ਦੀ ਛਿੱਲ ਆਉਣੀ ਆ, ਪਰ ਤੁਸੀਂ ਕਿੱਦਾਂ ਇੱਕ ਆਪਣਾ, ਤੁਸੀਂ ਆਪਣਾ ਮੂੰਹ ਤੁਸੀਂ ਸ਼ੀਸ਼ੇ ਕਿੱਦਾਂ ਦੇਖਦੇ ਆ? ਦੂਜੇ ਤੁਹਾਨੂੰ ਕੀ ਦੇਖਦੇ? ਵੀ ਆਹ ਦੇਖੋ ਜੀ, ਇਹ ਦੁਕਾਨਦਾਰ ਆ, ਕੋਈ ਤੁਹਾਡੀ ਇੱਜ਼ਤ ਨਹੀਂ ਗੀ, ਤੁਹਾਡੀ ਕੋਈ ਕਮਾਈ ਨਹੀਂ ਦੁਨੀਆ 'ਚ, ਤੁਹਾਡੀ ਪੈਸੇ ਦੀ ਕਮਾਈ ਆ ਉਹ ਕੁਛ ਨਹੀਂ ਬਣਨੀ ਤੁਹਾਡੀ ਪੈਸੇ ਦੀ ਕਮਾਈ। ਜੇ ਤੁਸੀਂ ਅੱਜ, ਮੈਂ ਮੁੜ ਕੇ ਫਿਰ ਕਹਿੰਦਾ, ਮੈਂ ਨਹੀਂ ਕਹਿੰਦਾ ਜਾ ਕੇ ਆਪਣੀ ਦੁਕਾਨਾਂ ਖਾਲੀ ਕਰਕੇ ਫਰੀ ਦੇਵੋ ਲੋਕਾਂ ਨੂੰ, ਮੈਂ ਕਹਿੰਦਾ ਤੁਸੀਂ ਲਾਲਚ ਦਾ ਇੱਕ ਅੰਤ ਆ ਹੁੰਦਾ, ਤੁਸੀਂ ਤਾਂ ਹੱਦ ਤੋਂ ਵੀ ਪਹੁੰਚ ਕੇ ਉੱਪਰ ਪਏ, ਇੰਨੀ ਕੀਮਤ ਵਧਾ ਦਿੱਤੀ। ਸਪੈਸ਼ਲੀ ਕਨੇਡਾ, ਅਮਰੀਕਾ ਵਿੱਚ ਮੇਰਾ ਮੈਸੇਜ ਆ ਆਪਣੇ ਪੰਜਾਬੀ ਸਿੱਖਾਂ, ਤੁਸੀਂ ਜਿਹੜੇ ਤੁਹਾਡੇ ਪੰਜਾਬੀ ਸਿੱਖ ਭਰਾ ਜਿਹਨਾਂ ਕੋਲ ਦੁਕਾਨਾਂ, ਉਹਨੂੰ ਟੈਗ ਕਰੋ, 20-30% ਲਾਉਣਾ ਵਾਧੂ ਚਲੋ ਲਾ ਲਓ, ਠੀਕ ਆ, ਇਸ ਸਮਾਂ ਮੜ ਜਾ ਔਖਾ ਕਹਿਣਾ ਬਈ 20%। ਜਿਹੜਾ ਬਿਲਕੁਲ ਹੀ ਲੋਕਾਂ ਦੀ ਛਿੱਲ ਰਹਾ ਰਿਹਾ, ਉਹਦੀ ਫੋਟੋ ਲਾ ਲਾ ਕੇ, ਸਟੋਰਾਂ ਦੀ ਫੋਟੋ ਲਾਵੋ, ਅਤੇ ਮਗਰੋਂ ਜਦੋਂ ਟਾਈਮ ਚੰਗਾ ਆ ਜਾਣਾ ਮੁੜ ਕੇ, ਫਿਰ ਇਹਨਾਂ ਦੁਕਾਨਾਂ ਨੂੰ ਬੰਦ ਕਰੋ, ਕਿਉਂਕਿ ਇਹ ਅੱਜ ਕੱਲ੍ਹ ਜੋ ਕਰ ਰਿਹਾ ਆਪਣੀ ਬੇਇੱਜ਼ਤੀ ਕਰ ਰਿਹਾ, ਸਾਡੀ ਬੇਇੱਜ਼ਤੀ ਕਰ ਰਿਹਾ, ਕੋਈ ਇਨਸਾਨੀਅਤ ਹੈ ਨਹੀਂ ਇਹਨਾਂ ਦਿਲ ਦੇ ਵਿੱਚ, ਲਾਲਚੀ ਆ, ਇਹਨੂੰ ਚੈਲੰਜ ਕਰਨਾ ਚਾਹੀਦਾ। ਜੇ ਨਹੀਂ ਚੈਲੰਜ ਕੀਤਾ ਤਾਂ ਤੁਹਾਡੀ ਗਲਤੀ ਆ, ਉਹ ਵੀ ਪਿਆਰ ਨਾਲ ਪੁੱਛੋ ਵੀ ਦੇਖੋ ਕੱਲ੍ਹ ਇਹ ਸੀਗੇ
$2 ਦੇ ਕਿਲੋ ਅਤੇ ਅਸੀਂ ਅੱਜ ਜਿਹੜੀ ਸਬਜ਼ੀ ਲਾਤੀ $6 ਦੀ, ਕਿੱਥੇ ਵੱਧ ਗਿਆ ਇੰਨੇ ਪੈਸੇ ਇੱਕਦਮ। ਸੋ ਔਖੀ ਘੜੀ ਸਾਰਿਆਂ 'ਤੇ ਆਉਂਦੀ ਆ, ਔਖੀ ਘੜੀ ਹੁਣ ਸਾਰੀ ਦੁਨੀਆ 'ਤੇ ਆਈ ਹੋਆ, ਪਰ ਇਹਦਾ ਮਤਲਬ ਨਹੀਂ ਵੀ ਅਸੀਂ ਇਹ ਔਖੀ ਘੜੀ ਦੇ ਵਿੱਚ ਆਪਣੀ ਇਨਸਾਨੀਅਤ, ਆਪਣਾ ਧਰਮ, ਆਪਣਾ ਸਾਰਾ ਕੁਛ, ਵਿਰਸਾ ਸਾਰਾ ਵੇਚ ਦਈਏ ਥੋੜ੍ਹੇ ਜਿਹੇ ਹੋਰ ਪ੍ਰੋਫਿਟ ਨੂੰ। ਅਸੀਂ ਤਾਂ ਹੁਣ ਰਿਫਿਊਜੀਆਂ ਦੀ ਮਦਦ ਕਰੀ ਜਾਣੀ, ਅਸੀਂ ਇੱਥੇ UK ਵਿੱਚ ਵੀ ਕਰੀ ਜਾਣੀ ਆ, ਇੰਡੀਆ ਵਿੱਚ ਵੀ ਕਰੀ ਜਾਣੀ ਖਾਲਸਾ ਏਡ ਨੇ। ਪਰ ਜਿਹੜੇ ਬੰਦੇ ਸਾਨੂੰ ਲੁੱਟ ਰਹੇ ਆ, ਮੈਂ ਨਾ ਕੋਈ ਮਾਫ਼ੀ ਮੰਗਣੀ, ਨਾ ਮੈਂ ਕੋਈ ਅਪੋਲੋਜਾਈਜ਼ ਕਰਨਾ। ਹੁਣ ਆਪਣੇ ਪੰਜਾਬੀ ਅਤੇ ਸਿੱਖ ਦੁਕਾਨਦਾਰ ਭਰਾ, ਭੈਣ ਭਰਾ ਲੁੱਟ ਰਹੇ ਆ। ਸੋ ਮੇਰੀ ਇਹ ਬੇਨਤੀ ਆ, ਜੇ ਤੁਸੀਂ ਕਰ ਰਹੇ ਸੀ ਇਹਨਾਂ ਦੇ ਕੰਮ ਵਿੱਚੋਂ ਨਿਕਲੋ। ਜੇ ਤੁਹਾਡੇ ਇਲਾਕੇ 'ਚ ਬੱਚੇ ਆ ਜਿਹਨੂੰ ਦਵਾਈ ਦੀ ਲੋੜ ਆ, ਦਵਾਈਆਂ ਲੈ ਕੇ ਜਾਓ। ਮੇਰੇ ਸਿੱਖ ਭਰਾ ਜਿਹੜੇ ਭੈਣਾਂ ਡਾਕਟਰੀ ਕਰਦੇ ਆ, ਹੈਲਥ ਪ੍ਰੋਫੈਸ਼ਨਲ ਪੰਜਾਬ ਦੇ ਵਿੱਚ ਆ, ਇੰਡੀਆ ਵਿੱਚ ਆ, ਸਪੈਸ਼ਲੀ ਜਿਹੜੇ ਇਸ ਵੇਲੇ ਵੀ ਕਹਿੰਦੇ ਵੀ ਹਾਂ ਖਤਰਾ ਹੈਗਾ ਬਿਮਾਰੀ ਦਾ, ਜਿਹੜੇ ਗਰੀਬ ਆ ਤੁਹਾਡੇ ਪਿੰਡਾਂ ਵਿੱਚ, ਇਲਾਕਿਆਂ 'ਚ ਜਾ ਕੇ ਮਦਦ ਕਰੋ, ਅਸੀਂ ਤੁਹਾਨੂੰ ਖੜ੍ਹੇ ਹੋਵਾਂਗੇ। ਸੋ ਸਾਡੀ ਇਹ ਬੇਨਤੀ ਆ, ਇਹ ਸਮਾਂ ਹੈਗਾ ਵੰਡ ਕੇ ਛਕਣ ਦਾ, ਸਰਬੱਤ ਦੇ ਭਲੇ ਦਾ, ਆਪਣੇ ਭਲੇ ਦਾ ਨਹੀਂ। ਸੋ ਤੁਹਾਡਾ ਬਹੁਤ ਧੰਨਵਾਦ। ਪਰ ਤੁਸੀਂ ਜਿੱਥੇ ਵੀ ਹੈਗੇ ਆ, ਜਿਹੜਾ ਮਰਜ਼ੀ ਤੁਹਾਡੀ ਗਲੀ 'ਚ ਹੈਗਾ, ਗੋਰਾ, ਕਾਲਾ, ਚਿੱਟਾ, ਈਸਾਈ, ਸਿੱਖ, ਮੁਸਲਿਮ, ਸਿੱਖ, ਹਿੰਦੂ, ਉਹਨਾਂ ਨੂੰ ਦੇਖਣਾ ਜਾ ਕੇ ਵੀ ਠੀਕ ਆ, ਉਹ ਤੁਹਾਡੇ ਕੋਲ ਨਹੀਂ, ਤੁਹਾਡੇ ਕੋਲ ਨਾ ਆਉਣ। ਕਈ ਬੰਦੇ ਹੈਗੇ ਆ ਉਹ ਜ਼ਿਆਦਾ ਸਮਝਦੇ ਵੀ ਮੈਂ ਕਿਸੇ ਕੋਲ ਜਾ ਨਹੀਂ ਸਕਦਾ ਮੰਗਣਾ, ਮੇਰਾ ਮੈਂ ਭੁੱਖਾ ਮਰ ਜਾਵਾਂ ਪਰ ਮੰਗਣਾ ਨਹੀਂ ਕੁਛ। ਪਰ ਜਿਹੜੇ ਤੁਹਾਡੇ ਵਰਗੇ ਆ, ਚੜ੍ਹਦੀ ਕਲਾ ਆ, ਸਿੱਖ ਸਿੰਘਣੀ ਪੰਜਾਬੀ ਆ, ਇਨਸਾਨੀਅਤ ਤੌਰ 'ਤੇ ਕਈ ਤਰ੍ਹਾਂ ਦੇ ਸਾਡੇ ਫੋਲੋਅਰ ਹੈਗੇ ਆ ਇੱਥੇ ਪੇਜ 'ਤੇ, ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਉਹ ਬੜੇ ਚੰਗੇ ਬੰਦੇ ਆ। ਤੁਸੀਂ ਜਾ ਕੇ ਆਪਣੇ ਉਹਨਾਂ ਕੋਲ ਪਹੁੰਚੋ, ਦੱਸੋ, ਸਾਨੂੰ ਪਤਾ ਵੀ ਤੁਹਾਡਾ ਹੁਣ ਕੰਮ ਵੀ ਹੈਗਾ, ਬੱਚੇ ਵੀ ਆ, ਅਸੀਂ ਕਿੱਦਾਂ ਤੁਹਾਡੀ ਮਦਦ ਕਰ ਸਕਦੇ। ਇੱਕ ਬੋਰੀ ਆਟੇ ਲੈ ਕੇ ਦੇ ਦਿਉ ਉਹਨਾਂ ਨੂੰ, ਕੋਈ ਦਾਲ ਦੇ ਦਿਉ, ਕੋਈ ਪੁੱਛ ਲਓ ਜੇ ਕੋਈ ਬਿੱਲ ਬੁੱਲ ਤਾਰਨਾ ਹੋਵੇ ਐਮਰਜੈਂਸੀ ਵਿੱਚ 1-2 ਮਹੀਨੇ ਵਿੱਚ, ਪਰ ਮਦਦ ਜ਼ਰੂਰ ਕਰੋ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।